ਅਸਲੀ ਗੈਂਗਸਟਰਾਂ ਤੇ ਕਾਰਵਾਈ ਕਰੋ, ਉਹਨਾਂ ਨੂੰ ਗੈਂਗਸਟਰ ਲਿਖੋ ਜਿਨ੍ਹਾਂ ਨੂੰ ਐਮਐਲਏ ਦਾ ਦਾਅਵੇਦਾਰ ਦਿਖਾਉਂਦੇ ਤੁਸੀਂ ਸਾਰੇ ਨਿਊਜ਼ ਵਾਲੇ। ਅਸਲੀ ਗੈਂਗਸਟਰਾਂ ਤੇ ਕਾਰਵਾਈ ਕਰੋ, ਉਹਨਾਂ ਨੂੰ ਗੈਂਗਸਟਰ ਲਿਖੋ ਜਿਨ੍ਹਾਂ ਨੂੰ ਐਮਐਲਏ ਦਾ ਦਾਅਵੇਦਾਰ ਦਿਖਾਉਂਦੇ ਤੁਸੀਂ ਸਾਰੇ ਨਿਊਜ਼ ਵਾਲੇ। ਤੁਸੀਂ ਮੈਨੂੰ ਨਹੀਂ, ਮੇਰੇ ਵਰਗੇ ਪਤਾ ਨਹੀਂ ਕਿੰਨੇ ਮੁੰਡੇ ਕੁੜੀਆਂ ਦੀਆਂ ਇੱਜ਼ਤਾਂ ਯੂਜ਼ ਕੀਤੀਆਂ ਨੇ ਇਹਨਾਂ ਨੇ ਪਰਸਨਲੀ। ਗੈਂਗਸਟਰ ਰਵੀ ਦਿਓਲ ਨੇ ਕੀਤਾ ਵੱਡਾ ਖੁਲਾਸਾ, ਕਿਹਾ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਦੇ ਓਐਸਡੀ ਨੇ ਬਣਾਇਆ ਗੈਂਗਸਟਰ। ਗੈਂਗਸਟਰ ਰਵੀ ਦਿਓਲ ਨੇ ਵੱਡਾ ਖੁਲਾਸਾ ਕੀਤਾ ਹੈ। ਰਵੀ ਨੇ ਕਿਹਾ ਕਿ ਸਾਬਕਾ ਖਜ਼ਾਨਾ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਦੇ ਓਐਸਡੀ ਅਤੇ ਰਿਸ਼ਤੇਦਾਰ ਅਮਨਵੀਰ ਸਿੰਘ ਚੈਰੀ ਨੇ ਹੀ ਉਸ ਨੂੰ ਗੈਂਗਸਟਰ ਬਣਾਇਆ। ਉਸਨੇ ਕਿਹਾ ਕਿ ਚੈਰੀ ਕੁੜੀਆਂ ਦੀ ਦਲਾਲੀ ਕਰਦਾ ਸੀ ਅਤੇ 2011 'ਚ ਮਾਰ ਗਏ ਕਾਂਗਰਸੀ ਲੀਡਰ ਰਿੱਕੀ ਦੁਲੱਟ ਦੇ ਕਤਲ 'ਚ ਵੀ ਉਸਦਾ ਹੱਥ ਸੀ। ਉਸਨੇ ਕਿਹਾ ਕਿ ਉਹਨਾਂ ਨੇ ਸਿਰਫ ਮੇਰੀ ਹੀ ਨਹੀਂ ਸਗੋਂ ਅਨੇਕਾਂ ਨੌਜਵਾਨਾਂ ਦੀਆਂ ਜ਼ਿੰਦਗੀਆਂ ਖਰਾਬ ਕੀਤੀਆਂ ਨੇ। ਸਭ ਨੂੰ ਇਹ ਬੇਨਤੀ ਹੈ, ਸਾਰੇ ਗੈਂਗਸਟਰ ਲਿਖੀ ਜਾਂਦੇ ਆ, ਗੈਂਗਸਟਰ ਮੈਂ ਨਹੀਂ, ਮੈਂ ਗੈਂਗਸਟਰ ਨਹੀਂ ਹੈਗਾ। ਗੈਂਗਸਟਰ ਬਣਾਉਣ ਵਾਲੇ ਜਿਹੜੇ ਗੈਂਗਸਟਰ ਜਿਹੜੇ ਬਣਾਉਣ ਵਾਲੇ ਨੇ, ਅਮਨਵੀਰ ਸਿੰਘ ਚੈਰੀ, ਮਨੂ ਮਾਸਟਰ, ਇਹ ਲੋਕਾਂ ਨੇ ਮੇਰੀ ਨਿਉਂ ਧਰੀ। ਅਕਾਲੀ ਦਲ ਨਾਲ ਰੱਖਦੇ ਨੇ ਇਹ ਸਭ ਕੁਛ ਕਰਦੇ ਸੀ। ਮੈਨੂੰ ਨਹੀਂ, ਮੇਰੇ ਵਰਗੇ ਪਤਾ ਨਹੀਂ ਕਿੰਨੇ ਮੁੰਡੇ ਕੁੜੀਆਂ ਦੀਆਂ ਇੱਜ਼ਤਾਂ ਯੂਜ਼ ਕੀਤੀਆਂ ਨੇ ਇਹਨਾਂ ਨੇ ਪਰਸਨਲੀ। ਉਹਨਾਂ ਦੀਆਂ ਲੋੜਾਂ ਥੋੜ੍ਹੀਆਂ ਬਹੁਤੀਆਂ, ਕਿਸੇ ਨੂੰ ਪਾਸ ਕਰਾ ਦੇਣਾ, ਕਿਸੇ ਨੂੰ ਫਾਈਨੈਂਸ਼ੀਅਲੀ ਸਪੋਰਟ ਕਰਨੀ। ਮੈਂ ਜੋ ਮੈਥੋਂ ਜਿੰਨਾ ਕੋਆਪਰੇਟ ਕੀਤਾ ਜਾ ਰਿਹਾ ਮੈਂ ਕੀਤਾ ਸਭ। ਇਹ ਇਹਨਾਂ ਨੇ ਇਸ ਦੌਰਾਨ 12 ਲੱਖ ਰੁਪਇਆ ਚੈਰੀ ਤੋਂ ਲਿਆ। ਜੇ ਮੈਂ ਗਲਤ ਬੋਲਦਾ, ਝੂਠ ਬੋਲਦਾ, ਪੁੱਛੇ ਉਹਨਾਂ ਤੋਂ। ਬਿਲਕੁਲ ਝੂਠਾ ਜੀ, ਕੋਈ ਉਹਦੇ 0% ਵੀ। ਮੈਂ ਵਿਸਲਿੰਗ ਵੁੱਡ ਇੰਟਰਨੈਸ਼ਨਲ ਦੇ ਵਿੱਚ ਸਟੂਡੈਂਟ ਸੀ, ਉਦੋਂ ਫਿਲਮਾਂ ਦੇ ਵਿੱਚ ਐਕਟਿੰਗ ਕਰ ਰਿਹਾ ਸੀ ਜਦੋਂ ਇਹ ਕੇਸ ਪਾਇਆ ਗਿਆ। ਝੂਠਾ ਇੱਥੋਂ ਕਰੋ ਕਰਾਇਆ ਲੀਡਰ, ਇਹਨਾਂ ਨੇ ਲੜਾਈਆਂ ਦਾ ਇਹਨਾਂ ਨੇ ਮੁੱਢਾ ਜਿਹਾ ਵੱਢਿਆ ਵੀ ਮੈਨੂੰ ਗੈਂਗਸਟਰ ਵਾਲੇ ਪਾਸੇ ਇਹਨਾਂ ਨੇ। ਅਮਨਵੀਰ ਚੈਰੀ ਹੋਰਾਂ ਨੇ ਨੌਕਰੀ 12 ਲੱਖ ਰੁਪਏ ਕਿਹਨੇ ਫੜਾਇਆ ਤੁਹਾਨੂੰ ਆ ਕੇ? ਅਮਨਵੀਰ ਸਿੰਘ ਚੈਰੀ ਨੇ ਆਪ ਇਹ ਤੁਸੀਂ ਬਣਾਉਣੇ ਨਹੀਂ, ਇਹ ਬੰਦਿਆਂ ਦੇ ਥਰੂ ਆਉਂਦਾ ਸੀ ਜਿਹੜੇ ਬੰਦੇ ਨੇ ਮੈਂ ਦੱਸ ਚੁੱਕਿਆ ਸਭ। ਫੈਸਿਲਿਟੀ ਕੋਈ ਨਹੀਂ ਸੀ ਦਿੰਦੇ ਧਮਕਾਉਣ ਤੇ। ਜਦੋਂ ਮੈਂ ਕਿਹਾ ਮੈਂ ਤੁਹਾਡਾ ਭਾਂਡਾ ਫੋੜੂੰਗਾ, ਤੁਹਾਡੇ ਆਹ ਜਿਹੜੀਆਂ ਚੀਜ਼ਾਂ ਕੀਤੀਆਂ ਹੋਈਆਂ ਨੇ ਦੱਸੂਗਾ ਕੁਛ ਚੀਜ਼ਾਂ ਸੀ, ਮੈਂ ਸਭ ਕੁਛ ਪੁਲਿਸ ਨੂੰ ਦੇ ਚੁੱਕਿਆ। ਜੋ ਵੀ ਇਹ ਚੀਜ਼ ਦੇ ਚੁੱਕਿਆ ਜੱਜ ਸਾਹਿਬ ਨੇ ਮੈਥੋਂ ਇਹ ਸਭ ਨਹੀਂ ਪੁੱਛਿਆ। ਨਸ਼ੇ ਦੇ ਵਿੱਚ ਕੋਈ ਅਕਾਲੀ ਦਲ ਦਾ ਕੰਮ ਲਗਾਇਆ? ਮੈਂ ਨਸ਼ੇ ਦੇ ਕੰਮ ਦੇ ਵਿੱਚ ਇਨਵੋਲਵ ਹੀ ਨਹੀਂ। ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰ ਨਹੀਂ, ਕੋਈ ਉਹ ਨਹੀਂ। ਮਨੂ ਮਾਸਟਰ ਜੋ ਜਿਹਨੇ ਮੇਰੇ ਵਰਗੇ ਹਜ਼ਾਰਾਂ ਲੋਕਾਂ ਦੇ ਬੱਚਿਆਂ ਨੂੰ ਖਰਾਬ ਕਰ ਰਹੇ ਨੇ, ਮਨੂ ਮਾਸਟਰ ਜੋ ਕਿ ਦਲਾਲ ਹੈ, ਉਹ ਕੁੜੀਆਂ ਨੂੰ ਪਾਸ ਕਰਾਉਣਾ, ਇਹ ਕਰਾਉਣਾ, ਥੋੜੀਆਂ ਗਰੀਬ ਕੁੜੀਆਂ ਦੀ ਮਦਦ ਯੂਨੀਵਰਸਿਟੀ ਦੇ ਵਿੱਚ ਪੇਸ਼ ਕਰਦੇ ਇਹਨਾਂ ਨੂੰ। ਅਮਨਵੀਰ ਸਿੰਘ ਚੈਰੀ ਆ ਜਿਹੜਾ ਹੈਗਾ ਐਮਐਲਏ ਦਾ ਦਾਅਵੇਦਾਰ, ਤੁਸੀਂ ਬਣਾਇਆ ਸੀ ਇਹਨੂੰ? ਮੈਨੂੰ ਕਾਨੂੰਨ ਤੋਂ ਪੂਰੀ ਉਮੀਦ ਹੈ। ਨਸ਼ੇ ਦੇ ਵਿੱਚ ਉਧਰ ਇਸ ਮਾਮਲੇ ਬਾਰੇ ਜਦੋਂ ਰਵੀ ਦੇ ਪਿਤਾ ਤੋਂ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਚੈਰੀ ਉਹਨਾਂ ਦੇ ਘਰ ਆਇਆ ਜ਼ਰੂਰ ਸੀ। ਮੇਰੇ ਦਿਮਾਗ 'ਚ ਨਹੀਂ ਹੈਗਾ ਕੁਛ ਵੀ, ਉਹਨੇ ਕਿਹਨੂੰ ਕਿਹਾ ਕਿਹਨੂੰ ਨਹੀਂ ਕਿਹਾ, ਨਾ ਮੈਨੂੰ ਨੇੜੇ ਲੱਗਣ ਦਿੱਤਾ। ਜੇ ਲੈ ਲਿਆ ਹੋਣਾ ਕੋਈ, ਮੈਨੂੰ ਕੋਈ ਇਹਦੇ ਬਾਰੇ ਕੋਈ ਜਾਣਦਾ? ਹਾਂ ਮਨੂ ਮਾਸਟਰ ਬਾਰੇ ਜਾਣਦੇ ਹੋ? ਹਾਂ ਸ਼ਕਲ ਤੋਂ ਜਾਣਦਾ ਜੀ। ਤੁਹਾਡੇ ਨਾ ਜੀ ਏਦੋਂ ਜਦ ਕੇਰਾ ਇਹ ਅੰਡਰਗਰਾਊਂਡ ਹੋ ਗਿਆ, 8-10 ਸਾਲ ਪਹਿਲਾਂ ਕਿਤੇ ਆਏ ਸੀਗੇ। ਇਸਦੀ ਪੈਰਵੀ ਕਰ ਰਹੇ ਹਾਂ। ਕੱਲ੍ਹ ਅਦਾਲਤ ਦਾ ਹੁਕਮ ਦੇ ਮੁਤਾਬਕ ਮੈਂ ਇਹਨੂੰ CA ਸਟਾਫ ਦੇ ਵਿੱਚ ਮਿਲਣ ਗਿਆ। ਉੱਥੇ ਇਹਨੂੰ ਮੈਂ ਬਿਠਾ ਕੇ ਬੜੇ ਇਹਨੂੰ ਟਿਕਾ ਕੇ ਪੁੱਛਿਆ ਵੀ ਤੇਰੇ 'ਤੇ ਕੋਈ ਪੁਲਿਸ ਦਾ ਤਸ਼ੱਦਦ ਆ, ਤੈਨੂੰ ਕੋਈ ਮਜਬੂਰ ਤਾਂ ਨਹੀਂ ਕਰ ਰਿਹਾ ਕਿਸੇ ਗੱਲ ਲਈ? ਇਹ ਕਹਿੰਦਾ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਅਤੇ ਜੋ ਗੱਲ ਮੈਂ ਕਹੂੰਗਾ ਸੱਚੀ ਕਹੂੰਗਾ। ਠੀਕ ਹੈ ਨਾ? SSP ਸਾਹਿਬ ਵੀ ਇਹਦੇ ਕਹਿੰਦਾ ਦੇਖੋ ਬੜੇ ਇਮਾਨਦਾਰ ਅਫਸਰ ਨੇ ਸੰਗਰੂਰ ਦੇ SSP, ਮੈਂ ਪੇਸ਼ ਵੀ ਕਹਿੰਦਾ ਤਾਂ ਹੀ ਹੋਇਆ।
ਪਹਿਲਾਂ ਦੀ ਸ਼ੁਰੂ ਸੁਣ ਕੇ ਵੀ ਨਹੀਂ ਧੱਕਾ ਨਹੀਂ ਕਰਨਗੇ ਕਿਸੇ ਗੱਲ ਦਾ, ਮੇਰੇ 'ਤੇ ਕੋਈ ਝੂਠੇ ਹੋਰ ਕੇਸ ਨਹੀਂ ਪਾਣਗੇ। ਜਿਹੜੇ ਕੇਸ ਮੇਰੇ 'ਤੇ ਹੈਗੇ ਨੇ ਉਹ ਮੈਂ ਭੁਗਤੂੰਗਾ, ਅਸੀਂ ਉਹਦੀ ਪੈਰਵੀ ਕਰਾਂਗੇ। ਤਾਂ ਕੱਲ੍ਹ ਜਾ ਕੇ ਮੈਨੂੰ ਪਤਾ ਲੱਗਿਆ ਵੀ ਇਹਦੇ 6 ਕੇਸ ਪੰਜਾਬ ਤੋਂ, ਮਤਲਬ 2 ਪਟਿਆਲਾ ਅਤੇ 4 ਫਤਿਹਗੜ੍ਹ ਵੀ ਇਹਨਾਂ ਨੇ NDPS ਦੇ ਇੱਕੋ ਸਮੇਂ ਦੇ ਦਿਖਾਏ ਹੋਏ ਨੇ। ਉਸ ਟਾਈਮ ਦੇ ਵਿੱਚ ਇਹ ਫਿਲਮ ਸਿਟੀ ਦੇ ਵਿੱਚ ਇਹਦੀ ਐਡਮਿਸ਼ਨ ਸੀ, ਰੋਜ਼ ਹਾਜ਼ਰੀ ਲੱਗਦੀ ਸੀ ਇਹਦੀ, ਉਸ ਪੀਰੀਅਡ ਦੇ ਵਿੱਚ ਤਾਂ ਪੰਜਾਬ ਹੀ ਨਹੀਂ ਆਇਆ। ਦੇਖੋ ਸਰ, ਜਿਹੜਾ ਕਿਹਾ ਗਿਆ ਵੀ ਰਾਜਨੀਤਿਕ ਲੀਡਰ ਨੇ ਇਹਨੂੰ ਯੂਜ਼ ਕੀਤਾ, ਹਾਂਜੀ, ਜਵਾਨੀ ਤੋਂ ਲੈ ਕੇ ਹੁਣ ਤੱਕ ਸਪੋਰਟਸਮੈਨ ਸੀਗਾ, ਕੀ ਕਹਿਣਾ ਚਾਹੋਗੇ, ਸਹੀ ਕਿਹਾ? ਦੇਖੋ ਇਹਦੇ ਦੱਸਣ ਦੇ ਮੁਤਾਬਕ ਤਾਂ ਇਹ ਹੈਗਾ ਵੀ ਜਿਹੜੇ ਮੁਕਦਮੇ ਸੀਗੇ ਮੇਰੇ ਦੇ ਖਿਲਾਫ ਉਹ ਛੋਟੇ ਮੋਟੇ ਲੜਾਈ ਦੇ ਕੇਸ ਸੀਗੇ, ਕਿਉਂਕਿ ਪ੍ਰੈਸ ਜਿਹੜੀ ਹੈ ਉਹਦੀ ਨਕਲ ਵੀ ਲੈ ਸਕਦੀ ਹੈ ਸਾਡੇ ਕੋਲੋਂ ਵੀ ਕਿਹੜੇ ਕਿਹੜੇ ਮੁਕਦਮੇ ਨੇ, ਕਿਸ ਕਿਸਮ ਦੇ ਮੁਕਦਮੇ ਨੇ, ਉਹ ਛੋਟੇ ਮੋਟੇ ਲੜਾਈਆਂ ਦੇ ਮੁਕਦਮੇ ਨੇ, ਕਿਉਂਕਿ ਕਾਲਜ ਪੜ੍ਹਦਾ ਸੀ ਮਸਤਵਾਨ ਨੇ, ਉਹ ਤਾਂ ਉਹਦੇ 'ਚ ਜਿੱਥੇ ਵੀ ਕਦੇ ਲੜਾਈ ਹੋਣੀ ਇਹਨੂੰ ਬੁਲਾ ਲੈਣਾ ਵੀ ਰਵੀ ਆ ਜਾ ਤੂੰ, ਜਿਸ ਗਰੁੱਪ 'ਚ ਹੁੰਦਾ ਬੱਚੇ ਨੂੰ ਨਹੀਂ ਪਤਾ ਹੁੰਦਾ ਉਸ ਟਾਈਮ, ਛੋਟੀ ਉਮਰ ਸੀ ਇਹਦੀ, ਤਾਂ ਉੱਥੇ ਜਿਹੜੀ ਯੂਜ਼ ਕੀਤਾ ਇਹਦੇ ਮੁਤਾਬਕ ਉਹ ਕਹਿੰਦਾ ਠੀਕ ਹੈ ਮੈਨੂੰ ਯੂਜ਼ ਕਰਦੇ ਰਹੇ, ਉਹ ਕਹਿੰਦਾ ਪੋਲੀਟੀਕਲ ਬੰਦੇ ਮੈਨੂੰ ਯੂਜ਼ ਕਰਦੇ ਰਹੇ ਅਤੇ ਮੈਨੂੰ ਪੇਸ਼ ਨਹੀਂ ਹੋਣ, ਤਾਂ ਉਹ ਕਹਿੰਦੇ ਕੋਈ ਤੈਨੂੰ ਪੇਸ਼ ਆਉਣ ਦੀ ਲੋੜ ਨਹੀਂ ਹੈ ਅਤੇ ਤੂੰ ਘਬਰਾਉਣਾ ਸਾਡੇ ਨਾਲ ਹੈਗਾ ਤੈਨੂੰ ਪੇਸ਼ ਨਹੀਂ। ਉਸ ਕਰਕੇ ਉਹ 7 ਮੁਕਦਮੇ ਹੋ ਗਏ ਸੰਗਰੂਰ ਸਿਟੀ ਦੇ ਵੀ ਜਿਨ੍ਹਾਂ 'ਚ ਪੇਸ਼ ਨਹੀਂ ਹੋਇਆ। ਅਲਟੀਮੇਟਲੀ ਜਦੋਂ ਉਹਨਾਂ ਨੇ ਆਪਣਾ ਹੱਥ ਖਿੱਚਿਆ ਇਸ ਤੋਂ ਜਿਹੜੇ ਬੰਦੇ ਇਹਨੂੰ ਸਪੋਰਟ ਕਰਦੇ ਸੀ ਕੋਈ, ਤਾਂ ਉਹਦੇ ਬਾਅਦ ਇਹਨੂੰ ਡਰਾਤਾ ਇਹਨੂੰ ਵੀ ਤੇਰਾ ਇਨਕਾਊਂਟਰ ਹੋ ਜੂਗਾ, ਤੇਰਾ ਇਹ ਹੋ ਜੂਗਾ, ਤਾਂ ਇਹ ਡਰਦਾ ਮਾਰਾ ਕਿਉਂਕਿ ਬੜਾ ਚੰਗਾ ਗਾਇਕ ਸੀ ਇਹ ਔਰ ਅੱਛਾ ਬਾਕਸਰ ਸੀ ਇਹ ਨੋਨ, ਔਰ ਕੋਈ ਐਸਾ ਇਹਦੇ ਖਿਲਾਫ ਕੇਸ ਨਹੀਂ ਸੀ, ਪਰ ਆਪਣੀ ਜਾਨ ਬਚਾਉਂਦਾ ਡਰਦਾ ਮਾਰਾ ਇਹ ਬੰਬੇ ਚਲਾ ਗਿਆ, ਉੱਥੇ ਇਹਨੇ ਫਿਲਮ ਸਿਟੀ ਜੁਆਇਨ ਕੀਤਾ। ਉੱਧਰ ਜਦੋਂ ਪੂਰੇ ਮਾਮਲੇ ਬਾਰੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਰਵੀ ਨੇ ਜੋ ਕੁਝ ਵੀ ਕਿਹਾ ਉਹ ਜਾਂਚ ਦਾ ਵਿਸ਼ਾ ਹੈ। ਉਸ ਦੇ ਵਿੱਚ ਸਾਰਾ ਕੁਝ ਪਤਾ ਕਰ ਰਹੇ, ਉਸ ਦੇ ਵਿੱਚ ਪੋਲੀਟੀਕਲ ਕੁਝ ਲੀਡਰਸ ਦੇ ਵੀ ਨਾਮ ਲੈ ਰਹੇ ਹੈਗਾ, ਉਸ ਦੀ ਕਿਸ ਤਰੀਕੇ ਦੀ ਇਨਵੈਸਟੀਗੇਸ਼ਨ ਕਰ ਰਹੇ ਹੋ ਆਪਣੇ ਲੈਵਲ 'ਤੇ? ਪੋਲੀਟੀਕਲ ਦਾ ਸਾਨੂੰ ਪੋਲੀਟੀਕਲ ਨਾਲ ਨਹੀਂ, ਸਾਨੂੰ ਤਾਂ ਕ੍ਰਾਈਮ ਨਾਲ ਹੈ ਵੀ ਕ੍ਰਾਈਮ ਕਿਹੋ ਜਿਹਾ ਕ੍ਰਾਈਮ ਹੈ, ਕਿੱਦਾਂ ਕਿਸ ਨੇ ਕੀਤਾ ਨਹੀਂ, ਜਿਸਦਾ ਉਹਨੇ ਪੁਲਿਸ ਦਾ ਵਿਸ਼ਾ ਤਾਂ ਕ੍ਰਿਮੀਨਲ ਹੁੰਦਾ ਵੀ ਕ੍ਰਾਈਮ ਦੇ ਵਿੱਚ ਕੀ ਇਨਵੋਲਵ ਹੈ। ਅਤੇ ਉਹਨੇ ਕਿਸ ਕਿਸ ਦਾ ਨਾਮ ਲਿੱਤਾ ਜੀ ਉਹਦੇ ਨਾਲ ਜਿਹੜੇ ਸ਼ਾਮਿਲ ਸੀਗੇ? ਉਹ ਸਾਰਾ ਮੈਟਰ ਵਾਲੇ ਅੰਡਰ ਇਨਵੈਸਟੀਗੇਸ਼ਨ ਆ, ਇਨਵੈਸਟੀਗੇਸ਼ਨ ਤੋਂ ਬਾਅਦ ਹੀ ਇਹਦਾ ਪ੍ਰੋਪਰ ਜਦੋਂ ਹੋ ਜਾਏਗੀ ਪੂਰੀ ਕੰਪਲੀਟ ਤਾਂ ਹੀ ਖੁਲਾਸਾ ਹੋ ਸਕਦਾ, ਅਜੇ ਤਾਂ ਰਿਮਾਂਡ 'ਤੇ ਆ, ਹਾਲੇ ਫਿਰ ਪੇਸ਼ ਕਰਨਾ। ਰਵੀ ਦੇ ਦਾਅਵੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਲੀਡਰ ਅਮਨ ਅਰੋੜਾ ਨੇ ਅਕਾਲੀਆਂ ਨੂੰ ਨਿਸ਼ਾਨੇ 'ਤੇ ਲਿਆ। ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ, ਅਸੀਂ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿੰਦੇ ਰਹੇ ਹਾਂ ਕਿ ਜੋ ਪਿਛਲੇ 10 ਸਾਲਾਂ ਦੇ ਵਿੱਚ ਗੁੰਡਾਗਰਦੀ, ਜਿਹੜਾ ਇਹ ਗੈਂਗ ਵਾਰ ਹੈ, ਇਹ ਪੈਦਾ ਕਰਨ ਵਾਲੇ ਕੌਣ ਨੇ? ਦੇਖੋ, ਕਿਸੇ ਦੀ ਹਿੰਮਤ ਇੰਨੀ ਨਹੀਂ ਹੁੰਦੀ ਹੈਗੀ ਕਿ ਸਰਕਾਰ ਨਾਲ, ਪੁਲਿਸ ਨਾਲ, ਉਹ ਪੁਲਿਸ ਜਿਹੜੀ ਕਿ ਅੱਤਵਾਦ ਖਤਮ ਕਰ ਚੁੱਕੀ ਹੈ ਉਹਦੇ ਨਾਲ ਮੱਥਾ ਲਾ ਸਕੇ। ਇਹ ਪਿਛਲੇ 10 ਸਾਲਾਂ ਦੇ ਦੌਰਾਨ ਚਾਹੇ ਅਕਾਲੀ ਦਲ ਦੀਆਂ ਸਰਕਾਰਾਂ ਨੇ ਰੇਤੇ ਵਿਕਾਉਣੇ ਸੀਗੇ, ਕੇਬਲਾਂ ਚਲਾਉਣੀਆਂ ਸੀਗੀਆਂ, ਟਰਾਂਸਪੋਰਟ ਦੇ ਧੰਦੇ ਕਰਾਉਣੇ ਸੀਗੇ, ਸ਼ਰਾਬਾਂ ਵਿਕਾਉਣੀਆਂ ਸੀਗੀਆਂ ਉਸ ਚੱਕਰ ਦੇ ਵਿੱਚ, ਜਾਂ ਇਲੈਕਸ਼ਨਾਂ 'ਤੇ ਕਬਜ਼ੇ ਕਰਾਉਣੇ ਸੀਗੇ ਉਸ ਚੱਕਰ ਦੇ ਵਿੱਚ, ਚਿੱਟਾ ਵਿਕਾਉਣਾ ਸੀਗਾ ਉਸ ਚੱਕਰ ਦੇ ਵਿੱਚ ਇਹਨਾਂ ਨੇ ਪੈਦਾ ਕੀਤੇ ਨੇ, ਅਤੇ ਤਾਂ ਹੀ ਇਹ ਗੈਂਗਸਟਰ ਨੇ ਜਿਹੜੇ ਅੱਜ ਇਹ ਸਿਰਦਰਦੀ ਬਣੇ ਪਏ ਨੇ ਪੂਰੇ ਪੰਜਾਬ ਦੇ ਲੋਕਾਂ ਦੀ। ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡਾ ਖੁਲਾਸਾ ਹੈ ਕਿ ਜੇ ਕਿਸੇ ਸੀਨੀਅਰ ਲੀਡਰ ਦਾ ਦੇ ਰਿਸ਼ਤੇਦਾਰ ਦਾ ਨਾਂ ਲਿਆ, ਅਤੇ ਮੈਂ ਸਮਝਦਾ ਕਿ ਪੰਜਾਬ ਸਰਕਾਰ ਨੂੰ ਬੜੀ ਗੰਭੀਰਤਾ ਦੇ ਨਾਲ ਮਸਲਾ ਲੈਣਾ ਚਾਹੀਦਾ। ਫਿਲਹਾਲ ਮਾਮਲੇ ਦੀ ਅਸਲ ਸੱਚਾਈ ਕੀ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਸਾਫ਼ ਹੋ ਪਾਏਗਾ, ਪਰ ਰਵੀ ਦਿਓਲ ਦੇ ਬਿਆਨ ਤੋਂ ਬਾਅਦ ਸਿਆਸਤ 'ਚ ਵੱਡਾ ਭੁਚਾਲ ਜ਼ਰੂਰ ਆ ਗਿਆ। ਸੰਗਰੂਰ ਤੋਂ ਸੰਜੀਵ ਗੋਇਲ, D5 ਚੈਨਲ, ਪੰਜਾਬੀ।